ਸਰਕਾਰਾਂ ਵੱਲੋਂ ਅਕਸਰ ਹੀ ਲੋਕਾਂ ਨੂੰ ਸਰਬਪੱਖੀ ਸਹੂਲਤਾਂ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਕਈ ਵਾਰ ਪ੍ਰਸ਼ਾਸਨ ਦੀ ਬੇਰੁਖੀ ਅਤੇ ਅਣਗਹਿਲੀ ਕਾਰਨ ਇਹ ਸਹੂਲਤਾਂ ਲੋਕਾਂ ਲਈ ਮੁਸੀਬਤ ਦਾ ਸਬੱਬ ਬਣ ਜਾਂਦੀਆਂ ਹਨ। ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਜ਼ਿਲ੍ਹਾ ਸੰਗਰੂਰ ਦੇ ਪਿੰਡ ਮਹਿਲਾ ਚੌਂਕ ਵਿਖੇ, ਜਿੱਥੇ ਚੌ ਮਾਰਗ ਬਣ ਰਹੀ ਨੈਸ਼ਨਲ ਹਾਈਵੇ ਕਾਰਨ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜਿੱਥੇ ਠੇਕੇਦਾਰ ਸਹੀ ਤਰੀਕੇ ਨਾਲ ਸੜਕ ਦਾ ਨਿਰਮਾਣ ਨਹੀਂ ਕਰ ਰਿਹਾ, ਉੱਥੇ ਹੀ ਕੁਝ ਲੋਕਾਂ ਨੇ ਪ੍ਰੋਜੈਕਟ ਆਫਿਸਰ ਉੱਪਰ ਜਾਣ ਬੁੱਝ ਕੇ ਤੰਗ ਕਰਨ ਅਤੇ ਰਿਸ਼ਵਤ ਮੰਗਣ ਦੇ ਸੰਗੀਨ ਆਰੋਪ ਵੀ ਲਗਾਏ ਹਨ। ਪਰ ਜਦ ਇਸ ਮਾਮਲੇ ਸੰਬੰਧੀ ਮੌਕੇ ਤੇ ਖੜੇ ਪ੍ਰੋਜੈਕਟ ਅਫਸਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਪਣਾ ਪੱਖ ਰੱਖਣ ਦੀ ਥਾਂ ਮੀਡੀਆ ਦੇ ਕੈਮਰੇ ਤੋਂ ਬਚਦੇ ਹੋਏ ਉੱਥੋਂ ਰਫੂ ਚੱਕਰ ਹੋ ਗਏ। ਲੋਕਾਂ ਨੇ ਪ੍ਰੋਜੈਕਟ ਆਫਿਸਰ ਵਿਰੁੱਧ ਜਾਂਚ ਪੜਤਾਲ ਕਰਕੇ ਕਾਰਵਾਈ ਦੀ ਮੰਗ ਕੀਤੀ। ਤੰਗ ਪਰੇਸ਼ਾਨ ਬਹੁਤ ਜ਼ਿਆਦਾ, ਸੀਸਾ ਵੀ ਸਾਡੀ ਗੱਡੀ ਦਾ ਕਰਕ ਹੋ ਗਿਆ ਕਿ ਇਹ ਇਹਨਾਂ ਦੀ ਸਾਨੂੰ ਸਮਝ ਨਹੀਂ ਆਈ। ਅਸੀਂ ਇਹਨਾਂ ਨੂੰ ਇਹ ਵੀ ਕਿਹਾ ਵੀ ਸਾਡਾ ਕਲੋਨੀ ਦਾ ਮੇਨ ਫਰੰਟ ਹੈ ਅਤੇ ਬੱਸਾਂ ਦੀ ਜਗ੍ਹਾ ਹੈ, ਇੱਕ ਸਾਈਡ ਇਹਨਾਂ ਨੇ ਮਿੰਟਡ ਬਣਾ ਕੇ ਵਿਚਾਲੇ ਕੰਕਰੀਟ ਖੰਡਿਆਤੀ, ਇੱਧਰ ਸ਼ੱਕ ਪਹਿਲਾਂ ਵਾਲੀ ਪਈ ਹੈ। ਜਦ ਰਾਹਗੀਰ ਲੰਘਦੇ ਨੇ ਜਿਹੜਾ ਕਿਸੇ ਸੀਸੇ 'ਤੇ ਰੋੜਾ ਲੱਗਦਾ ਜਾਂ ਕਿਸੇ ਦੇ ਵੈਸੇ ਸਰੀਰ 'ਤੇ ਲੱਗਦਾ, ਇਹ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ। ਤੰਗ ਇਹਨਾਂ ਨੂੰ ਕਦੋਂ ਬਾਅਦ ਅਸੀਂ ਕਾਲ ਕਰਕੇ ਵੀ ਕਹਿ ਚੁੱਕੇ ਹਾਂ ਕਿ ਇਸ ਨੂੰ ਜੇਕਰ ਪ੍ਰੋਪਰ ਬਣਾਉਣਾ ਤਾਂ ਇੱਕ ਸਾਈਡ ਨੂੰ ਪ੍ਰੋਪਰ ਬਣਾਓ, ਜੋ ਪੱਟਦੇ ਹੋ ਦੂਜੀ ਸਾਈਡ ਫੇਰ ਪੱਟੋ। ਪਤਾ ਨਹੀਂ ਕਿਉਂ ਕਦੇ ਕਿਤੋਂ ਪੱਟ ਕੇ ਚਲੇ ਜਾਂਦੇ ਨੇ, ਕਦੇ ਕਿਤੋਂ ਬਣਾ ਕੇ ਚਲੇ ਜਾਂਦੇ ਨੇ, ਇਹਨਾਂ ਦੀ ਸਾਨੂੰ ਸਮਝ ਨਹੀਂ ਆਈ। ਮੰਗ ਤਾਂ ਅਸੀਂ ਇਹੀ ਕਰਦੇ ਹਾਂ ਕਿ ਅਗਰ ਰੋਡ ਦਾ ਠੇਕਾ ਲਿਆ ਜਾਂ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਵੀ ਇਸ ਠੇਕੇਦਾਰ ਨੂੰ ਸਖ਼ਤ ਤਾੜ ਨਾ ਦਿੱਤੀ ਜਾਵੇ, ਪਰੇਸ਼ਾਨ ਨਾ ਕੀਤਾ ਜਾਵੇ, ਰੋਡ ਬਣਾਇਆ ਜਾਵੇ। ਸਾਨੂੰ ਸਾਡੀ ਜਗ੍ਹਾ ਵਿੱਚ ਆਉਂਦੀ ਨਹੀਂ ਸੀ, ਸਾਨੂੰ ਕਹਿੰਦੇ ਜ਼ਿਆਦਾ ਪੈਸੇ ਦਿਓ। ਪਹਿਲਾਂ ਇੱਕ ਦਿਨ ਆਏ ਤੇ ਖਾਏ ਦਿਨ ਹੋ ਗਏ, ਉੱਧਰ ਛੱਡ ਗਏ। ਅਸੀਂ ਪੈਸੇ ਨਹੀਂ ਉੱਪੜਦੇ ਕਰੇ, ਅੱਜ ਫਿਰ ਮਸ਼ੀਨ ਲੈ ਕੇ ਆ ਗਏ ਜੀ। ਕਹਿੰਦੇ ਅਸੀਂ ਜਗ੍ਹਾ ਢਾਹਾਂਗੇ ਨਹੀਂ, ਸਾਨੂੰ 2 ਲੱਖ ਰੁਪਈਆ। ਅਸੀਂ ਉਹਨੂੰ ਕਿੱਥੋਂ ਦੀ ਕੀ ਬਦਿਆਂਗੇ, ਸਾਡੇ ਕੋਲ ਇੰਨੀ ਰੋਖੋ ਨਹੀਂ ਹੈਗੀ ਜੀ। ਕਿਵੇਂ ਵੀ ਸਾਨੂੰ ਇਹ ਕਿਉਂ ਪਰੇਸ਼ਾਨ ਕਰਦੇ ਬੱਚਿਆਂ ਨੇ, ਅਸੀਂ ਨਾ ਅਸੀਂ ਕਿਧਰੇ ਜਾ ਸਕਦੇ, ਸਾਨੂੰ ਤਾਂ ਬਹੁਤ ਔਖਾ ਹੋ ਗਿਆ ਜੀ। ਸਾਨੂੰ ਤਾਂ ਰਾਤ ਨੂੰ ਵੀ ਇਹ ਤੰਗ ਕਰੀ ਜਾਂਦੇ ਨੇ, ਦਿਨੇ ਵੀ ਤੰਗ ਕਰੀ ਜਾਂਦੇ ਨੇ। ਹੁਣ ਤਾਂ ਉਹਨੂੰ ਪਹਿਲਾਂ ਸਾਡੇ ਲਵਾਉਂਦੇ, ਜਦੋਂ ਪੱਤਰਕਾਰ ਆ ਗਏ ਜੀ ਭੱਜ ਗਿਆ, ਅਸੀਂ ਘੇਰਿਆ ਵੀ ਤੀ ਖੜਿਆ ਨਹੀਂ ਹੈਗਾ, ਅਸੀਂ ਬਹੁਤ ਘੇਰਿਆ ਵੀ ਤੂੰ ਭਾਈ ਦੇ ਬਿਆਨ ਉਰੇ ਕੀ ਦਿੰਦਾ ਅੱਜ, ਫਿਰ ਉੱਡ ਗਿਆ ਬਿਆਨ ਨਹੀਂ ਦਿੱਤਾ ਕੋਈ। ਹਾਂਜੀ ਸਾਰੇ ਲੈ ਗਿਆ ਕਿਹਨਾਂ ਤਾਂ, ਫਿਰ ਅੱਜ ਮਸ਼ੀਨ ਖੜੀ ਆ ਜੀ ਜਿਹੜੇ, ਸਾਨੂੰ ਕੋਈ ਨੋਟ ਨਹੀਂ ਕੁਛ ਨਹੀਂ ਆਇਆ ਘਰਾਂ ਦਾ, ਕੋਈ ਪਹਿਲਾਂ ਹੋਈ ਆ ਸਾਨੂੰ ਕਈ ਮਹੀਨੇ ਹੋ ਗਏ ਜੀ ਕੋਰਟ ਕਰਿਆ ਸੀ, ਉੱਥੇ ਬਿਆਨ ਦੇ ਕੇ ਆਏ ਨੇ ਵੀ ਅਸੀਂ ਤੁਹਾਡਾ ਮਕਾਨ ਨਹੀਂ ਢਾਉਂਦੇ, ਅੱਜ ਕਹਿੰਦੇ ਢਾਹਾਂਗੇ। ਸੜਕ 'ਚ ਆਉਂਦੀ ਸਾਡਾ ਮਕਾਨ ਜੀ ਨਿਸ਼ਾਨਦੇਹੀ ਦੇ ਹਿਸਾਬ ਨਾਲ, ਅਸੀਂ ਹੁਣ ਵੀ ਕਹਿੰਦੇ ਨਿਸ਼ਾਨਦੇਹੀ ਕਰਾ ਦੇਣ, ਜਿੱਥੇ ਆਊ ਅਸੀਂ ਸਹਿਮਤ ਇਹਨਾਂ ਨਾਲ। ਅਸੀਂ ਨਿਸ਼ਾਨਦੇਹੀ ਲਈ, ਉਹਨੇ ਪਟਵਾਰੀ ਕਾਨੂੰਨ ਉਹਨੇ ਸਹੀ ਰਿਪੋਰਟ ਬਣਾਈ ਹੈ ਵੀ ਇਹ ਮਾਨ ਵਿੱਚ ਨਹੀਂ ਆਉਂਦੇ। ਹੁਣ ਅੱਜ ਸੜਕ ਵਾਲੇ ਆ ਗਿਆ, ਕੋਈ ਅਫਸਰ ਦੀ ਸੜਕ ਵਾਲੇ ਧੱਕੇ ਨਾਲ ਸਾਡੇ ਅੰਦਰ ਨਿਸ਼ਾਨੀਆਂ ਲਾਉਂਦਾ, 5-5 ਫੁੱਟ ਵੀ ਪੈਸੇ ਦਿਓ ਅਤੇ ਨਹੀਂ ਤਾਂ ਇੱਥੇ ਤੱਕ ਹੀ ਆਊਗੀ। ਪ੍ਰੋਜੈਕਟ ਅਫਸਰ ਹੈ ਜੀ ਸੜਕ ਵਾਲਿਆਂ ਦਾ, ਇਹ ਤਾਂ ਜੀ ਕਿੰਨੀ ਦੇ ਦਿਓ, ਇਕੱਠੇ ਕਰਕੇ ਦੇ ਦਿਓ, ਸੜਕ ਦੂਏ ਪਾਸੇ ਧੱਕ ਦੂਗਾ, ਅਤੇ ਨਹੀਂ ਬਸ ਫਿਰ ਨਹੀਂ ਤਲਾ ਲੈਣੇ, ਭੱਜ ਗਿਆ ਜੀ ਗੱਡੀ ਲੈ ਕੇ ਭੱਜ ਗਿਆ। ਇਹ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ, ਬਾਕੀ ਜਿਹੜੀ ਸਾਡੀ ਨਿਸ਼ਾਨਦੀ ਹੈ ਜੀ ਇਹ ਸਹੀ ਮੰਨਣੀ ਚਾਹੀਦੀ ਹੈ, ਪਟਵਾਰੀ ਕਾਨੂੰਨ ਉਹਦੀ ਹੋਈ ਹੋਈ ਹੈ, ਜਾਂ ਦੁਬਾਰੇ ਕਰ ਲੈਣ ਸਾਨੂੰ ਫਿਰ ਵੀ ਕੋਈ ਇਤਰਾਜ਼ ਨਹੀਂ, ਵੀ ਧੱਕੇ ਨਾਲ ਸਾਡੇ ਨਿਸ਼ਾਨਾ ਲਾਉਣ, ਜਿੱਥੇ ਸਾਡੀ ਜਗ੍ਹਾ ਬਣਦੀ ਹੈ ਸਾਨੂੰ ਦੱਸਣ ਵੀ ਤੁਹਾਡੀ ਉਰੇ ਬਣਦੀ ਹੈ, ਪੱਥਰ ਤੋਂ ਨਿਸ਼ਾਨਦੇਹੀ ਸਹੀ ਹੋਣੀ ਚਾਹੀਦੀ ਹੈ, ਸਹੀ ਲਈ ਹੈ। ਬਾਕੀ ਕਾਨੂੰਨ ਸਾਹਿਬ ਅੱਜ ਉਹ ਬਦਲ ਕੇ ਹੁਣ ਨਵੇਂ ਆ ਗਏ, ਹੁਣ ਨਵੇਂ ਆਪਦੀ ਕਾਰਵਾਈ ਕਰ ਰਹੇ ਨੇ। ਦੇਖੋ ਇਸ ਤਰ੍ਹਾਂ ਹੈ ਵੀ ਜਿਹੜੀ ਇਹ ਸੜਕ ਹੈਗੀ ਆ ਅੱਜ ਤੋਂ ਤਕਰੀਬਨ 35-40-50 ਸਾਲ ਦੇ ਲਗਭਗ ਪੁਰਾਣੀ ਬਣੀ ਹੋਈ ਹੈ, ਔਰ ਜਿਹੜੀ ਸੜਕ ਇਹ ਬਣੀ ਹੋਈ ਹੈ ਪੁਰਾਣੀ, ਇਹ ਬਹੁਤ ਦੇਰ ਦੀ ਬਣੀ ਹੋਣ ਕਰਕੇ ਇਸ ਨੂੰ ਆਧਾਰ ਮੰਨ ਕੇ ਉਹ ਆਪਣੀ ਜਗ੍ਹਾ ਦੇ ਨਿਸ਼ਾਨ ਲਾ ਰਹੇ ਨੇ, ਉਹ ਸੜਕ ਦਾ ਸੈਂਟਰ ਮੰਨ ਕੇ ਉਹਨੂੰ ਆਧਾਰ ਮੰਨ ਕੇ ਵੀ ਆਹ ਜਿਹੜੀ ਸੜਕ ਜਿਹੜੀ ਹੈ ਉਨੀ ਜਗ੍ਹਾ ਦੀ ਜਿੰਨੀ ਉਹਨਾਂ ਦੀ ਬਣਦੀ ਉਨੀ ਦੇ ਨਿਸ਼ਾਨ ਲਾ ਰਹੇ ਨੇ। ਜਿਹੜੇ ਲੋਕਾਂ ਦੇ ਘਰਾਂ ਦੇ ਅੰਦਰ 5-5 ਫੁੱਟ ਜਿਹੜੇ ਨਿਸ਼ਾਨ ਲਾਏ ਗਏ ਨੇ, ਹਾਂਜੀ, ਤੇ ਉਹ ਕਿਉਂ ਲਾਏ ਗਏ ਨੇ? ਉਹ ਮੇਰੇ ਸਾਹਮਣੇ ਨਾ ਕੋਈ ਨਿਸ਼ਾਨ ਲਾਏ ਨੇ ਨਾ ਅਸੀਂ ਕੋਈ ਲਵਾਏ ਨੇ, ਪਰ ਜਦੋਂ ਸਾਡੇ ਨਾਲ ਭੇਜਿਆ ਤਾਂ ਉਹਨਾਂ ਪੁੱਛਿਆ ਵੀ ਤੁਸੀਂ ਸੜਕ ਕੋਲੋਂ, ਕਹਿੰਦੇ ਮੈਂ ਬਤੌਰ ਪ੍ਰੋਜੈਕਟ ਅਫਸਰ ਹਾਂ, ਨੋ ਨਹੀਂ ਮੇਰੀ ਨੌਲੇਜ 'ਚ, ਹਾਂਜੀ ਸਾਡੇ ਕੋਲ ਪਹਿਲੀ ਵਾਰ ਆਏ ਨੇ ਅਫਸਰ ਆਏ। ਸੰਗਰੂਰ ਤੋਂ ਜਗਤਾਰ ਬਾਵਾ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ। Audio Jungle.